ਦੇਖੋ ਕਿੰਨਾ ਸੋਹਣਾ ਆ ਫੁੱਲ ਦੇਖੋ ਕਿੰਨੇ ਦਾ ਆਇਆ ਸਹਿ ਮੂਵੀ ਦੱਸ ਦੋ ਸਵਾਗਤ ਆ ਤੁਹਾਡੇ ਆਪਣੇ ਫਿਊਨਾ ਸੈਮ ਜੈਵੂ ਯੂਟਿਊਬ ਚੈਨਲ ਤੇ ਸਵੇਰੇ ਸਵੇਰੇ ਜੈਵੂ ਲੱਗੀ ਹੋਈ ਆ ਮੈਨੂੰ ਥੋੜ੍ਹਾ ਥੋੜ੍ਹਾ ਤੰਗ ਕਰਨ ਜੋ ਕਿ ਰੋਜ਼ ਹੀ ਕਰਦੀ ਆ ਅਤੇ ਅੱਜ ਆਪਾਂ ਜਾਣਾ ਆ ਮੈਂ ਆਪਣੀ ਮੈਡੀਸਨ ਲੈਣ ਡਾਕਟਰ ਦੇ ਕੋਲ ਜਾਣਾ ਆ ਅਤੇ ਸੈਮ ਨੇ ਸਵੇਰੇ ਸਵੇਰੇ ਔਡਰ ਮਾਰ ਦਿੱਤਾ ਵੈਸੇ ਰਾਤ ਦੀਆਂ ਕਿਲੋ ਡੇਢ ਕਿਲੋ ਭਿੰਡੀਆਂ ਲਿਆ ਕੇ ਰੱਖ ਦਿੱਤੀਆਂ ਸੀ ਕਿ ਬਣਾ ਲਓ ਮੈਂ ਖਾਣੀਆਂ ਆ ਰਾਤੀ ਫਿਰ ਮੈਂ ਬਣਾਈਆਂ ਨਹੀਂ ਹੁਣ ਭਿੰਡੀਆਂ ਕੱਟੀਏ ਅਤੇ ਬਣਾਈਏ ਰੈਸਪੀ ਸ਼ੇਅਰ ਨਹੀਂ ਕਰਨੀ ਕਿਉਂਕਿ ਉਹੀ ਸਿੰਪਲ ਜਿਹੀ ਰੈਸਪੀ ਆ ਅਤੇ ਸਾਡੇ ਘਰ ਬਣਦੀਆਂ ਪਈਆਂ ਇੱਕ ਦਿਨ ਛੱਡ ਕੇ ਭਿੰਡੀਆਂ ਮੈਂ ਬੋਰ ਹੋ ਚੁੱਕੀ ਹਾਂ ਬਿਲਕੁਲ ਕੱਟੀਏ ਵੱਢੀਏ ਅਤੇ ਬਣਾਈਏ ਭਿੰਡੀਆਂ ਬਸ ਬਸ ਵਿਆਹ ਨਹੀਂ ਚੱਲੇ ਤੁਸੀਂ ਤੇ ਸੈਮ ਨੇ ਮੰਗਾਇਆ ਸੀ ਇਹ ਕਿੱਥੋਂ ਦੇਖੋ ਕਿੰਨਾ ਸੋਹਣਾ ਆ ਫੁੱਲ ਦੇਖੋ ਕਿੰਨੇ ਦਾ ਆਇਆ ਸੈਮ ਉਹ ਵੀ ਦੱਸ ਦੋ ਮੰਗਾ ਲਿਓ ਸਿਮੂ ਇੱਕ ਦੋ ਹੋਰ ਪਹਿਲਾਂ ਇੱਕ ਵਾਰੀ ਵੀ ਧੋਣ ਦੇ ਦੋ ਇਹਨੂੰ ਫੇਰ ਤੁਸੀਂ ਦੱਸੋਗੇ ਕੱਪੜਾ ਤਾਂ ਹਾਂ ਕਾਟਨ ਹੈ ਵੈਸੇ ਤਾਂ ਪਰ ਫਿਰ ਵੀ ਕੱਪੜਾ ਕਾਟਨ ਆ ਪੂਰਾ ਦੇਖੋ ਕਾਟਨ ਦਾ ਕੱਪੜਾ ਦੇਖੋ ਯਾਰ ਨਹੀਂ ਕੱਪੜਾ ਸੋਹਣਾ ਸੁੱਤੀ ਕੱਪੜਾ ਪੂਰਾ ਕੱਪੜਾ ਵਧੀਆ ਠੰਡਾ ਹਾਂ ਕੱਪੜਾ ਜੱਜਦਾ ਪਿਆ ਜੱਜਦਾ ਪਿਆ ਹਾਂ ਇਹ ਕਿ ਟੋਰ ਚ ਹੀ ਲੱਗਦੀ ਪਈ ਬੰਦੇ ਦੀ ਬੰਦੇ ਨੇ ਕਿਤੇ ਜਾਣਾ ਹੋਵੇ ਨਾ ਬੰਦਾ 500 ਦੇ ਸਾਲ ਹਾਂ ਸਹੀ ਗੱਲ ਆ ਸਿਮੂ ਯਾਦ ਹੈ ਜਦੋਂ ਭੂਆ ਦਾ ਵਿਆਹ ਸੀ ਤੁਸੀਂ 1800 2000 ਰੁਪਏ ਲੱਗ ਗਏ ਸੀ ਕੋਟਾ ਪਜਾਮਾ ਸਮਾਉਣ ਨੂੰ ਉਹ ਰੰਗ ਬਰੰਗਾ ਜਿਹਾ ਉੱਤੇ ਦਾ ਅੱਜ ਤੱਕ ਵੀ ਫਿਟ ਉਦਾਂ ਦਾ ਉਦਾਂ ਹੀ ਆ ਕੱਪੜਾ ਹਾਂ ਉਹ ਕੱਪੜਾ ਵਾਲ ਬਹੁਤ ਕੱਪੜਾ ਬਹੁਤ ਵਧੀਆ ਸੀ ਸਭ ਤੋਂ ਪ੍ਰੀਮੀਅਮ ਕੱਪੜਾ ਲਿਆ ਜੀ ਨਹੀਂ ਤਾਂ ਇਹ ਚੱਕਰ ਇਹ ਕੱਪੜਾ ਥੋੜਾ ਮਾੜਾ ਨਾ ਧੋ ਲੋ ਆਪਾਂ ਵੀ ਕੱਪੜਾ ਹੈ ਸੁੱਤੀ ਪਰ ਹਲਕਾ ਹਾਂ ਫਿਰ ਯਾਰ 500 ਦਾ ਗਾਤਾ ਤਾਂ ਲਾਇਆ ਹੋਇਆ ਉਹਨਾਂ ਨੇ 500 ਚ ਤੁਹਾਨੂੰ ਕੀ ਦੇ ਦੇਣਾ ਸੀ ਅਗਲੇ ਨੇ ਸਿੱਟਾ ਸਮਾਇਆ ਬਟ ਡਿਜ਼ਾਈਨ ਇੱਕ ਨੰਬਰ ਹਾਂ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਇੱਕ ਨੰਬਰ ਪਿਆਰਾ ਮੈਨੂੰ ਬਹੁਤ ਕਲਰ ਹੋਊਗਾ ਮੈਨੂੰ ਬਹੁਤ ਸੋਹਣਾ ਲੱਗਾ ਪਿਆਰਾ ਚਲੋ ਠੀਕ ਹੈ ਬਾਏ ਬਾਏ ਇੱਧਰ ਲੱਗਦਾ ਪਿਆ ਤੜਕਾ ਭਿੰਡੀਆਂ ਵਾਸਤੇ ਬਸ ਹੋ ਚੱਲਾ ਵਿੱਚ ਆਪਾਂ ਪਾ ਦੇਣੀਆਂ ਭਿੰਡੀਆਂ ਅਤੇ ਦਾਲ ਪਈ ਹੋਈ ਸੀ ਅਤੇ ਦਾਲ ਵਾਲੀ ਨਾਲ ਪੱਕੂਗੀ ਰੋਟੀ ਆਟਾ ਆਪਾਂ ਗੁੰਨ ਲਿਆ ਆ ਦਾਲ ਵਾਲਾ ਆਪਣੇ ਘਰੇ ਭਾਅ ਜੀ ਹੁਣੀ ਆਏ ਹੋਏ ਸੀਗੇ ਚਟੋਰੇ ਪੁਆਇੰਟ ਹੈ ਨਾ ਭਾਅ ਜੀ ਉਹਨਾਂ ਦਾ ਇੰਸਟਾਗ੍ਰਾਮ ਪੇਜ ਆ ਅਤੇ ਆਪਾਂ ਭਾਅ ਜੀ ਕੋਲੋਂ ਇੱਕ ਤਰ੍ਹਾਂ ਦਾ ਕਹਿ ਲਓਗੇ ਗਿਫਟ ਲੈ ਕੇ ਆਇਆ ਸਾਡੇ ਲਈ ਇਹਨਾਂ ਦੇ ਕੋਲ ਭਾਅ ਜੀ ਉਹਨਾਂ ਕੋਲ ਜਿਹੜੇ ਆਪਣੇ ਛੋਟੇ ਹੁੰਦੇ ਆਪਾਂ ਖਾਂਦੇ ਹੁੰਦੇ ਚੀਜ਼ਾਂ ਆਪਣੇ ਖੱਟਾ ਕਟੋਰੀ ਹੋ ਗਿਆ ਚਾਂਦ ਸਤਾਰੇ ਹੋ ਗਿਆ ਹੋਰ ਕੀ ਕੀ ਹੁੰਦਾ ਸੀ ਉਹਨਾਂ ਆਮ ਪਾਪੜ ਫਨ ਪੌਪਸ ਹਨਾ ਕੀ ਕੀ ਹੁੰਦਾ ਬਾਕੀ ਭਾਈ ਤੁਹਾਨੂੰ ਜ਼ਿਆਦਾ ਪਤਾ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋਣ ਜਾ ਰਹੀਆਂ ਸੋ ਉਹਨਾਂ ਨੂੰ ਹਨਾ ਫਿਰ ਉਹ ਕ੍ਰੇਵਿੰਗਸ ਹੁੰਦੀਆਂ ਨਾ ਫਿਰ ਆਪਾਂ ਭਾਈ ਉਹਨਾਂ ਦੇ ਨਾਲ ਫਿਰ ਕੰਟੈਕਟ ਕਰਿਆ ਸੀ
ਤੇ ਭਾਜੀ ਹੁਣੀ ਸਾਡੇ ਲਈ ਗਿਫਟ ਲੈ ਕੇ ਆਏ ਆ। ਕਰਦੇ ਹਾਂ ਓਪਨ ਆਪਾਂ ਤੁਹਾਨੂੰ ਸਾਰਿਆਂ ਨੂੰ ਫਿਰ ਦਿਖਾਉਂਦੇ ਹਾਂ ਕੀ ਲੈ ਕੇ ਆਏ ਭਾਜੀ ਹੁਣੀ ਤੇ ਕੀ ਲੈ ਕੇ ਆਏ। ਬਾਕੀ ਹੁਣ ਭਾਜੀ ਉਹਨਾਂ ਨੇ ਸਰਪ੍ਰਾਈਜ਼ ਹੀ ਦਿੱਤਾ ਇੱਕ ਤਰ੍ਹਾਂ ਖੋਲ ਕੇ ਦੇਖਦੇ ਹਾਂ ਤੁਹਾਡੇ ਸਾਹਮਣੇ ਓਪਨ ਕਰਦੇ ਹਾਂ। ਚੋਨਾ ਸ਼ਰਮਾ ਫਰੋਮ ਚਟੋਰੇ ਪੁਆਇੰਟ। ਕਿਆ ਬਾਤ ਹੈ ਖੱਟਾ ਕਟੋਰੀ ਹੈ ਖੱਟਾ ਕਟੋਰੀ ਆ ਵੀ ਖੱਟਾ ਕਟੋਰੀ ਖੱਟਾ ਕਟੋਰੀ ਖੱਟਾ ਕਟੋਰੀ ਸੌਂਫ ਕਿਆ ਬਾਤ ਹੈ ਯਾਰ ਆਹ ਡੱਬੇ ਚ ਆਉਂਦੀ ਹੁੰਦੀ ਸੀ ਕਟੋਰੀ ਮਜ਼ੈਲੋ ਟੋਫੀਆਂ ਕਿਆ ਬਾਤ ਹੈ ਯਾਦ ਹੈ ਖਾਣਾ ਆਪਣਾ ਬਚਪਨ ਜਿਹੜੀ ਜਦੋਂ ਨਹੀਂ ਜਿੱਤੇ ਅਨਾਰਦਾਣਾ ਕੌਫੀ ਵਾਈਟ ਮੇਰੀ ਫੇਵਰੇਟ ਟੌਫੀ ਹੁੰਦੀ ਸੀ ਛੋਟੇ ਹੁੰਦੇ। ਹਾਂ ਯਾਰ ਨਿੱਕੇ ਨਿੱਕੇ 5th 6th ਪੜ੍ਹਦੇ ਹੁੰਦੇ ਸੀ ਨਾ ਉਦੋਂ ਲੈ ਕੇ ਜਾਂਦੇ ਹੁੰਦੇ ਸੀਗੇ 5-5 ਰੁਪਏ ਲੈ ਕੇ ਜਾਣੇ ਘਰੋਂ ਮੰਗ ਕੇ ਮੈਂ ਤਾਂ 5 ਟੌਫੀ ਲੈਂਦਾ ਹੁੰਦਾ ਅੱਗੇ ਕਹਿ ਰਹੇ 2 ਅੱਗੇ ਹੁੰਦੇ ਸੀ ਰੋਚਕ ਬਲੈਕ ਮੈਂਗੋ ਆਮ ਪਾਪੜ ਇਹ ਵੀ ਯਾਦ ਹੈ ਟੌਫੀਆਂ ਦਾ ਲੱਡੂ ਕਾਜੂ ਟੌਫੀ ਰਸਗੋਲਾ ਬਹੁਤ ਖਾਂਦੇ ਇਹ ਕੰਮ ਆਉਂਦਾ ਜਾਦੂ ਦਾ ਪਟਾਰਾ ਖੋਲੇਗਾ ਬਾਬੇ ਬਹੁਤ ਕੁਛ ਲੈ ਕੇ ਆਪਾਂ ਤੁਹਾਨੂੰ ਇੱਕ ਦੋ ਚੀਜ਼ਾਂ ਕਹਿੰਦੇ ਸੀ ਤੁਸੀਂ ਤਾਂ ਕੋਈ ਨਾ
ਮੈਂ ਨਾ ਫਿਰ ਕਿਹਾ ਤੁਹਾਡੇ ਘਰੇ ਇੱਕ ਬੱਚਾ ਵੀ ਉਹਦੇ ਵਾਸਤੇ ਵੀ ਫਿਰ ਮੈਂ ਥੋੜਾ ਆਪਣੀ ਮਨ ਪਸੰਦ ਲਿਆ ਆ ਯਾਰ ਬਹੁਤ ਬਹੁਤ ਥੈਂਕ ਯੂ ਯਾਰ ਭਾਜੀ ਆਪਣੀ ਵਾਈਫ ਨੂੰ ਖੁਸ਼ ਕਰਨਾ ਸੌਖਾ ਨਹੀਂ ਹੁੰਦਾ ਇੱਦਾਂ ਚੀਜ਼ਾਂ ਲੱਭੀਆਂ ਨਹੀਂ ਲੱਭਦੀਆਂ ਹੈਗੀਆਂ ਵਾਰ ਵਾਰ ਨਹੀਂ ਲੱਭਦੀਆਂ ਹੈਗੀਆਂ ਚਲੋ ਥੈਂਕ ਯੂ ਸੋ ਮਚ ਭਾਜੀ ਠੀਕ ਆ ਤੇ ਇੱਦਾਂ ਆਉਂਦੇ ਰਹੋ ਮੇਰਾ ਭਰਾ ਘਰੇ ਮਿਲਦੇ ਰਹੋ ਠੀਕ ਆ ਵਾਰ ਵਾਰ ਆ ਕੇ ਡਾਕਟਰ ਦੇ ਕੋਲ ਵੀ ਜਾਣਾ ਸੀ ਉਹ ਵੀ ਆਪਾਂ ਜਾਇਆ ਆ ਕੱਲ ਨੂੰ ਟੈਸਟ ਹੋਣੇ ਆ ਖਾਲੀ ਪੇਟ ਵਾਲੇ ਤੇ ਕੁਛ ਕੁ ਦੋ ਤਿੰਨ ਮੇਵੀ ਤੇ ਬਾਕੀ ਪਤਾ ਨੀ ਕਿੰਨੇ ਕੁ ਤੇ ਉਹ ਹੁਣ ਸਵੇਰ ਨੂੰ ਹੋਣੇ ਆ ਤੇ ਉਹ ਦੱਸੇ ਹੋਏ ਆ ਕੱਲ ਨੂੰ ਵੀ ਜਾਣਾ ਡਾਕਟਰ ਦੇ ਕੋਲ ਸਵੇਰੇ ਸਵੇਰੇ 8:30 ਬੁਲਾਇਆ ਆ ਤੇ ਸਾਨੂੰ ਜਲਦੀ ਉੱਠਣਾ ਪੈਣਾ ਆ ਤੇ ਜੈਵੂ ਲੱਗੀ ਹੋਈ ਆ ਕੀੜੀਆਂ ਨਾ ਖੇਲਣ ਤੇ ਘਰੇ ਆ ਕੇ ਰੋਟੀ ਪਕਾ ਲਈ ਆ ਮੈਂ ਝਾੜਦੀ ਪਈ ਸੀ ਚੱਦਰ ਚੱਦਰ ਝਾੜ ਕੇ ਮੈਂ ਕਿਹਾ ਵਿਛਾਵਾਂ ਤੇ ਜੈਵੂ ਮੈਨੂੰ ਵਿਛਾਉਣ ਨਹੀਂ ਦਿੰਦੀ ਪਈ ਸੀ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਹਾਏ ਰੱਬਾ ਹੁਣ ਆਪਾਂ ਲਈਏ ਸ਼ਾਵਰ ਤੇ ਫਿਰ ਆਪਾਂ ਦੇਖਦੇ ਹਾਂ ਕਿ ਦੇਖੀਏ ਕੁਛ ਨਹੀਂ ਪਤਾ ਕੱਲ੍ਹ ਤਾਂ ਮੈਂ ਟਾਈਮ ਨਾਲ ਹੀ ਸੌਂ ਗਈ ਸੀ ਅਤੇ ਮੈਂ ਅੱਜ ਕਮੈਂਟ ਪੜ੍ਹਦੀ ਪਈ ਸੀ ਸਾਰੇ ਜਾਣਿਆਂ ਦੇ ਮੈਂ ਕੱਲ੍ਹ ਕਿਹਾ ਸੀ ਕਿ ਮੈਂ ਬਾਲ ਕਟਿੰਗ ਕਰਵਾ ਲਵਾਂ 90% ਸਾਰੇ ਜਣਿਆਂ ਨੇ ਇਹ ਕਿਹਾ ਕਿ ਫਿਓਨਾ ਦੀ ਤੁਸੀਂ ਆਪਣੇ ਬਾਲ ਲਾਂਗ ਕੱਟ ਕਰਵਾਓ ਕਿਉਂਕਿ ਲੰਬੇ ਲੰਬੇ ਬਾਲ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਮੈਨੂੰ ਵੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਅਤੇ 10% ਇੱਦਾਂ ਸੀ ਕਿ ਟਰਾਈ ਤੁਸੀਂ ਕਰ ਸਕਦੇ ਹੋ ਕੁਛ ਨਿਊ ਹੇਅਰ ਸਟਾਈਲ ਪਤਾ ਨਹੀਂ ਯਾਰ ਜਚਣਾ ਕਿ ਨਹੀਂ ਜਚਣਾ ਹਜੇ ਮੈਂ ਰਿਸਕ ਲੈ ਨਹੀਂ ਸਕਦੀ ਕਿਉਂਕਿ ਬਾਲ ਅੱਗੇ ਥੋੜ੍ਹੇ ਆ ਜੇ ਮੈਂ ਕੱਟ ਕਰਵਾ ਦਿੱਤੇ ਕੀ ਪਤਾ ਅੱਗੇ ਕਦੀ ਵਧੇ ਹੀ ਨਾ ਇੰਨੇ ਬਾਲ ਲੰਬੇ ਹੋਣ ਹੀ ਨਾ ਅਤੇ ਫਿਰ ਹਾਂਜੀ ਅੰਮਾ ਹਾਂਜੀ ਅਤੇ ਮੈਂ ਬਾਲ ਨਹੀਂ ਕੱਟ ਕਰਵਾਊਂਗੀ ਅਤੇ ਉੱਦਾਂ ਦੇਖੂੰਗੀ ਬੇਬੀ ਹੁਣ ਤੋਂ ਬਾਅਦ ਜੇ ਕੁਛ ਕਰਵਾਊਂਗੀ ਬਾਲਾਂ ਨੂੰ ਉਹ ਤੁਹਾਡੇ ਕੋਲ ਪੁੱਛ ਕੇ ਕਰਵਾਊਂਗੀ ਹਜੇ ਮੈਂ ਬਾਲ ਕੱਟ ਨਹੀਂ ਕਰਵਾਉਣੇ ਕਿਉਂਕਿ 90% ਸਾਰੇ ਜਣਿਆਂ ਨੇ ਇਹੀ ਕਿਹਾ ਮੇਰੀਆਂ ਭੈਣਾਂ ਨੇ ਜਿੰਨੇ ਸਾਰੇ ਜਣੇ ਜਿੰਨੇ ਵੀ ਵਲੌਗ ਦੇਖਦੇ ਆ ਕਿ ਨਾ ਕਰਾਓ ਬਾਲ ਕੱਟ ਸਾਰੇ ਜਣੇ ਵਲੌਗ ਦੇਖ ਲੈਂਦੇ ਆ ਲੇਕਿਨ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਸਾਰੇ ਜਣੇ ਸਬਸਕ੍ਰਾਈਬ ਕਰ ਲਿਆ ਕਰੋ ਵਲੌਗ ਨੂੰ ਸ਼ੇਅਰ ਕਰ ਲਿਆ ਕਰੋ ਜਿਹਨਾਂ ਜਿਹਨਾਂ ਵੀ ਤੁਸੀਂ ਵਲੌਗ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਅਤੇ ਹੁਣ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਤੇ ਅਤੇ ਹੁਣ ਡੇਲੀ ਵਲੌਗ ਆਊਗੇ ਅਤੇ ਆਪਣਾ ਬਸ ਤੁਸੀਂ ਮੈਨੂੰ ਸਪੋਰਟ ਦਿਖਾਇਓ ਅਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ 'ਤੇ